65 ਘੰਟਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਫਤਿਹਵੀਰ ਹਜੇ ਵੀ ਬੋਰਵੈਲ ਦੇ ਵਿੱਚ ਫਸੇ ਹੋਏ ਨੇ। ਰਾਹਤ ਕਾਰਜ ਸਵੇਰੇ 4-5 ਵਜੇ ਤੋਂ ਰੁਕਿਆ ਹੋਇਆ ਹੈ, ਕੋਈ ਤਕਨੀਕੀ ਖਰਾਬੀ ਆ ਗਈ ਸੀ। ਕਿਹਾ ਜਾ ਰਿਹਾ ਕਿ ਜਿਹੜੀਆਂ ਅੰਦਰ ਭੜੋਲੀਆਂ ਪਾਈਆਂ ਗਈਆਂ ਉਹਨਾਂ ਦੀ ਜਿਹੜੀ ਅਲਾਈਨਮੈਂਟ ਹੈ ਉਹ ਹਿੱਲ ਗਈ ਸੀ, ਜਿਸ ਕਾਰਨ ਜਿਹੜੇ ਨਵੀਂ ਜਿਹੜੀ ਪਾਉਣੀ ਹੈ ਭੜੋਲੀ ਉਹ ਸਿੱਧੀ ਨਹੀਂ ਜਾ ਸਕਦੀ ਸੀ। ਇਸ ਕਰਕੇ ਹੁਣ ਨਵੇਂ ਲੋਹੇ ਦੇ ਜਿਹੜੇ ਸਿਲੰਡਰ ਦੇ ਪਾਈਪ ਨੇ ਉਹ ਬਣਵਾਏ ਗਏ ਨੇ ਤਾਂ ਜੋ ਉਹਨਾਂ ਨੂੰ ਪਾਇਆ ਜਾਵੇ, ਜਿਹੜੇ ਹਿਲਜੁਲ ਥੋੜ੍ਹੀ ਬਹੁਤੀ ਭੜੋਲੀਆਂ ਦੇ ਵਿੱਚ ਹੋਈ ਹੈ ਉਹਨੂੰ ਠੀਕ ਕੀਤਾ ਜਾਵੇ। ਪਰ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ 2006 ਦੇ ਵਿੱਚ ਪ੍ਰਿੰਸ ਡਿੱਗਿਆ ਸੀਗਾ ਇਹੋ ਜਿਹੀ ਬੋਰਵੈਲ ਦੇ ਵਿੱਚ, ਪਰ ਅੱਜ 13 ਸਾਲਾਂ ਬੀਤਣ ਤੋਂ ਬਾਅਦ ਵੀ 13 ਸਾਲ ਬੀਤ ਚੁੱਕੇ ਨੇ ਉਸ ਘਟਨਾ ਨੂੰ, ਇਸੇ ਤਰੀਕੇ ਨਾਲ ਪ੍ਰਿੰਸ ਨੂੰ ਬੋਰਵੈਲ ਦੇ ਵਿੱਚੋਂ ਕੱਢਿਆ ਗਿਆ ਸੀ, ਬੋਕੀਆਂ ਪਾ ਕੇ ਬਾਲਟੀਆਂ ਨਾਲ ਮਿੱਟੀ ਬਾਹਰ ਕੱਢ ਕੱਢ ਕੇ। 13 ਸਾਲ ਬਾਅਦ ਭਾਰਤ 'ਚ ਬਹੁਤ ਕੁਛ ਬਦਲ ਗਿਆ ਹੋਣਾ, ਹਰ ਤਰ੍ਹਾਂ ਦੀ ਤਕਨੀਕ ਬਦਲ ਚੁੱਕੀ ਹੈ, ਮੋਬਾਈਲ ਵੀ ਅਪਗ੍ਰੇਡ ਹੋ ਚੁੱਕੇ ਨੇ, ਜਿਵੇਂ ਛੋਟੀ ਜਿਹੀ ਵੀ ਇੱਕ ਉਦਾਹਰਨ ਦੇਵਾਂ, ਪਰ ਜਿਹੜੀ ਇਹ ਤਕਨੀਕ ਹੈ ਤੁਸੀਂ ਦੇਖੋ 13 ਸਾਲਾਂ ਬਾਅਦ ਵੀ ਅੱਜ ਵੀ ਮੈਨੂਅਲੀ ਹੀ ਮਿੱਟੀ ਕੱਢ ਕੱਢ ਕੇ ਬੋਰ ਵੈਲਨ ਜਿਹੜਾ ਨਵਾਂ ਬਣਾਇਆ ਜਾ ਰਿਹਾ ਹੈ। ਸਭ ਤੋਂ ਵੱਡੀ ਨਲੈਕੀ ਇੱਥੇ ਕਹਿ ਸਕਦੇ ਹਾਂ ਪ੍ਰਸ਼ਾਸਨ ਦੀ ਹੈ, ਕੱਲ੍ਹ ਦੇ ਸ਼ਾਹ ਸਤਨਾਮ ਵੈਲਫੇਅਰ ਸੁਸਾਇਟੀ ਵਾਲੇ ਜਿਹੜੇ ਇੱਥੇ ਮਦਦ ਕਰਨ ਲੱਗੇ ਹੋਏ ਨੇ, ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਹ ਐਵੇਂ ਧੁੱਪੇ ਬੈਠੇ ਨੇ, ਉਹਨਾਂ ਲਈ ਕੋਈ ਵੀ ਟੈਂਟ ਦਾ ਇੰਤਜ਼ਾਮ, ਕਿਸੇ ਵੀ ਤਰ੍ਹਾਂ ਦੀ ਪੱਲੀ ਵਗੈਰਾ ਇੱਥੇ ਦਰੀਆਂ ਨਹੀਂ ਵਿਛਾਈਆਂ ਗਈਆਂ ਤਾਂ ਜੋ ਆਰਾਮ ਕਰ ਸਕਣ, ਕਿਉਂਕਿ ਉਹ ਵਾਰੀ ਵਾਰੀ ਆਪਣੀ ਸ਼ਿਫਟ ਲਗਾ ਰਹੇ ਨੇ, ਪਰ ਉਹਨਾਂ ਦੇ ਇੱਥੇ ਬੈਠਣ ਲਈ ਆਰਾਮ ਕਰਨ ਲਈ ਕੋਈ ਪ੍ਰਬੰਧ ਨਹੀਂ। ਅਤੇ ਸਪੈਸ਼ਲੀ ਜਿਹੜਾ ਅੰਦਰ ਕਾਰਕੁਨ ਗਿਆ ਹੋਇਆ ਸੀ ਜੱਗਾ ਨਾਮ ਦਾ, ਉਹ ਬੰਦਾ ਜਿਹੜਾ ਸੀ ਉਸ ਬੰਦੇ ਨੇ ਅੰਦਰ ਇੰਨਾ ਟਾਈਮ ਲਗਾਇਆ, ਜਦੋਂ ਬਾਹਰ ਆਇਆ ਉਹਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੋ ਗਈ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਅੰਦਰ ਬੰਦਾ ਜਾਂਦਾ ਉਹ ਇਸ ਤਰ੍ਹਾਂ ਬਾਹਰ ਆਉਂਦਾ, ਸਾਹਮਣੇ ਵਿਜੂਅਲ 'ਚ ਤੁਸੀਂ ਦੇਖ ਸਕਦੇ ਹੋ ਕਿ ਬੰਦਾ ਅੰਦਰੋਂ ਜਿਹੜੀ ਹੈ ਖੁਦਾਈ ਕਰਕੇ ਮਿੱਟੀ ਪੁੱਟ ਕੇ ਇਸ ਤਰ੍ਹਾਂ ਬਾਹਰ ਆਉਂਦਾ। ਅਤੇ ਅਣਥੱਕ ਮਿਹਨਤ ਜਿਹੜੇ ਕਾਰਕੁਨ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। NDRF ਦੀ ਟੀਮ ਹਜੇ ਤੱਕ ਅੰਦਰ ਨਹੀਂ ਗਈ, ਕਿਉਂਕਿ ਜਿਹੜੀ ਬੱਚੇ ਨੂੰ ਪੁੱਲ ਕੀਤਾ ਜਾਊਗਾ ਬਾਹਰੋਂ NDRF ਦੀ ਟੀਮ ਕਰੂਗੀ, ਪਰ ਹਜੇ ਤੱਕ ਜਿੰਨਾ ਵੀ ਜ਼ਿੰਮਾ ਸਾਂਭਿਆ ਇਹਦੀ ਸਾਰੀ ਮਿੱਟੀ ਕੱਢਣ ਦਾ, ਉਹ ਸਿਰਫ਼ ਅਤੇ ਸਿਰਫ ਜਿਹੜਾ ਡੇਰੇ ਵਾਲੇ ਨੇ, ਡੇਰੇ ਦੇ ਜਿਹੜੀ ਟੀਮ ਆਈ ਹੋਈ ਹੈ, ਵੈਲਫੇਅਰ ਸੁਸਾਇਟੀ ਹੈ, ਸਿਰਫ਼ ਉਹਨਾਂ ਨੇ ਕੰਮ ਕੀਤਾ ਹੈ। ਅਰਦਾਸ ਹੋ ਰਹੀ ਹੈ ਥੱਲੇ, ਮੈਂ ਕਹੂੰਗੀ ਕੈਮਰਾਮੈਨ ਨੂੰ ਕਿ ਦਿਖਾਇਆ ਜਾਵੇ ਕਿ ਅਰਦਾਸ ਹੋ ਰਹੀ ਹੈ ਜਿਹੜਾ ਨਵਾਂ ਸਿਲੰਡਰ ਹੈ ਉਹ ਪਾਇਆ ਜਾਊਗਾ। ਕਿਉਂਕਿ ਇਹ ਵੇਲਾ ਇਹੋ ਜਿਹਾ ਹੈ ਕਿ ਸਿਰਫ਼ ਰੱਬ ਅਤੇ ਹੁਣ ਸਾਰਿਆਂ ਦੀਆਂ ਡੋਰਾਂ ਨੇ ਅਰਦਾਸ ਕੀਤੀ ਗਈ ਹੈ। ਸਵੇਰੇ ਫਤਿਹਵੀਰ ਦੀ ਦਾਦੀ ਵੀ ਬੋਰਵੈਲ 'ਤੇ ਮੱਥਾ ਟੇਕ ਕੇ ਗਈ ਹੈ। ਸਭ ਤੋਂ ਵੱਡਾ ਹੁਣ ਪਰਮਾਤਮਾ ਅਤੇ ਜਿਹੜੀਆਂ ਡੋਰਾਂ ਨੇ ਉਹ ਸਭ ਨੇ ਛੱਡੀਆਂ ਹੋਈਆਂ ਨੇ। ਅਰਦਾਸ ਪੜ੍ਹੀ ਜਾ ਰਹੀ ਹੈ ਤਾਂ ਜੋ ਜਿਹੜਾ ਲੋਹੇ ਦਾ ਸਿਲੰਡਰ ਹੈ ਉਹਨੂੰ ਠੀਕ ਤਰੀਕੇ ਨਾਲ ਅੰਦਰ ਪਾਇਆ ਜਾ ਸਕੇ, ਕਿਉਂਕਿ 65 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਕਿ ਫਤਿਹਵੀਰ ਬੋਰਵੈਲ ਦੇ ਅੰਦਰ ਬੰਦ ਪਏ ਨੇ। ਸਾਰੇ ਅਰਦਾਸਾਂ ਅਰਜ਼ੋਈਆਂ ਕਰ ਰਹੇ ਨੇ ਉਸ ਪਰਮਾਤਮਾ ਅੱਗੇ, ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ। ਸੋ ਅਰਦਾਸ ਖਤਮ ਹੋ ਚੁੱਕੀ ਹੈ, ਅਰਦਾਸ ਕੀਤੀ ਗਈ ਹੈ, ਦੇਖ ਸਕਦੇ ਹੋ ਸਿਲੰਡਰ ਨੂੰ ਹੁਣ ਚੁੱਕਿਆ ਜਾਊਗਾ ਅਤੇ ਉਸ ਬੋਰਵੈਲ ਦੇ ਵਿੱਚ ਪਾਉਣ ਲਈ ਹੁਣ ਤਿਆਰੀ ਕੀਤੀ ਜਾ ਰਹੀ ਹੈ। ਕਾਫੀ ਲੰਬੇ ਸਮੇਂ ਤੋਂ ਕੰਮ ਰੁਕਿਆ ਹੋਇਆ ਸੀ, ਪਰ ਪ੍ਰਸ਼ਾਸਨ ਦੀ ਜਿਹੜੀ ਨਲੈਕੀ ਸਭ ਤੋਂ ਵੱਧ ਸਾਰੇ ਆਲੋਚਨਾ ਕਰ ਰਹੇ ਨੇ ਆਸੇ ਪਾਸੇ ਇਲਾਕਾ ਨਿਵਾਸੀ ਵੀ। ਹਜੇ ਤੱਕ ਕਿਤੇ ਵੀ DC ਨਹੀਂ ਹੈਗਾ ਇੱਥੇ, SDM ਨਹੀਂ ਹੈਗਾ। SDM ਹੈਗੇ ਸੀ, SDM ਲੇਡੀ ਨੇ ਸਾਰੀ ਰਾਤ ਇੱਥੇ ਸੀ, ਪਰ DC SSP ਵਾਂਗ ਹਜੇ ਕੋਈ ਵੀ ਅਫਸਰ ਇੱਥੇ ਨਹੀਂ ਹੈਗਾ। ਦੋ ਚਾਰ ਘੰਟੇ ਲਈ ਆਉਂਦੇ ਨੇ। ਬੀਬੀਆਂ ਜਿਹੜੀਆਂ SDM ਤਹਿਸੀਲਦਾਰ ਸੀ ਸਾਰੀ ਰਾਤ ਇੱਥੇ ਜ਼ਰੂਰ ਬੈਠੇ ਸੀ। ਮੈਂ ਕਹੂੰਗੀ ਥੱਲੇ SDM ਖੜ੍ਹੇ ਨੇ, SDM ਦੀ ਸਾਰੀ ਨਿਗਰਾਨੀ ਦੇ ਵਿੱਚ ਹੋ ਰਿਹਾ, ਪਰ ਉੱਚ ਅਧਿਕਾਰੀਆਂ 'ਚੋਂ ਕੋਈ ਵੀ ਇੱਥੇ ਨਹੀਂ ਹੈ। ਤਹਿਸੀਲਦਾਰ ਮੈਡਮ ਵੀ ਨਾਲ ਖੜ੍ਹੇ ਨੇ, SDM ਮੈਡਮ ਵੀ ਨਾਲ ਖੜ੍ਹੇ ਨੇ, ਕੱਲ੍ਹ ਦੇ ਇੱਥੇ ਨੇ, ਨਿਰੰਤਰ ਸਾਰੀ ਨਿਗਾਹ ਬਣਾ ਕੇ ਰੱਖੀ ਹੋਈ ਹੈ ਵੀ ਕਿਵੇਂ ਸਾਰਾ ਪ੍ਰੋਸੈਸ ਚੱਲ ਰਿਹਾ, ਰਾਹਤ ਕਾਰਜ ਚੱਲ ਰਿਹਾ। ਮੈਂ ਕੈਮਰਾਮੈਨ ਕਹੂੰਗੀ ਕਿ ਦਿਖਾਇਆ ਜਾਵੇ ਕਿ ਸਾਰੇ ਸਥਾਨਕ ਲੋਕ ਨੇ ਅਤੇ ਜਿਹੜੇ ਸ਼ਾਹ ਸਤਨਾਮ ਵੈਲਫੇਅਰ ਸੁਸਾਇਟੀ ਵਾਲੇ ਨੇ ਉਹਨਾਂ ਲੋਕਾਂ ਵੱਲੋਂ ਓਪਰੇਸ਼ਨ ਚਲਾਇਆ ਜਾ ਰਿਹਾ ਹੈ। ਕਿਸੇ ਵੀ ਵੱਡੇ ਲੀਡਰ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ। ਕੱਲ੍ਹ ਹਰਪਾਲ ਚੀਮਾ ਕਹਿ ਰਹੇ ਸੀ ਕਿ ਮੈਂ ਸਲਾਹ ਦਿੱਤੀ ਸੀ ਪਰ ਮੇਰੀ ਸਲਾਹ ਨਹੀਂ ਮੰਨੀ ਗਈ ਚੀਫ ਸੈਕਟਰੀ ਵੱਲੋਂ।
ਇਲਜ਼ਾਮਬਾਜ਼ੀ ਤਾਂ ਜ਼ਰੂਰ ਹੁੰਦੀ ਹੈ, ਪਰ ਗਰਾਊਂਡ ਲੈਵਲ 'ਤੇ ਜੇ ਦੇਖਿਆ ਜਾਵੇ ਇੱਥੇ ਸਿਰਫ ਅਤੇ ਸਿਰਫ ਸਮਾਜ ਸੇਵੀ ਸੰਸਥਾਵਾਂ ਨੇ, ਲਾਕਾ ਨਿਵਾਸੀਆਂ ਨੇ ਹੀ ਇੱਥੇ ਸਭ ਤੋਂ ਵੱਡਾ ਰੋਲ ਅਦਾ ਕੀਤਾ। ਲੰਗਰ ਪਾਣੀ ਦੀਆਂ ਜਿੰਨੇ ਵੀ ਸੇਵਾ ਉਹ ਸਿਰਫ ਸਮਾਜ ਸੇਵੀ ਸੰਸਥਾਵਾਂ ਕਰਕੇ, ਸਥਾਨਕ ਨਿਵਾਸੀਆਂ ਕਰਕੇ ਹੋਈ ਹੈ। ਮੈਡੀਕਲ ਕੇਅਰ ਵੀ ਜਿਹੜੀ ਹੈ ਕਿ ਸੁਸਾਇਟੀ ਵਾਲਿਆਂ ਨੂੰ, ਜਿਹੜੇ ਸ਼ਾਹ ਸਤਨਾਮ ਸੁਸਾਇਟੀ ਵਾਲੇ ਨੇ, ਉਹਨਾਂ ਨੂੰ ਹਜੇ ਤੱਕ ਮੈਡੀਕਲ ਸੇਵਾ ਵੀ ਚੰਗੀ ਤਰ੍ਹਾਂ ਨਹੀਂ ਦਿੱਤੀ ਗਈ। ਸਵੇਰੇ ਜਦੋਂ ਥੋੜ੍ਹਾ ਜਿਹਾ ਮੀਡੀਆ ਨੇ ਵੀ ਪ੍ਰੈਸ਼ਰ ਕੀਤਾ, ਆਸ ਪਾਸ ਦੇ ਲੋਕਾਂ ਨੇ ਪ੍ਰੈਸ਼ਰ ਕੀਤਾ ਤਾਂ ਜਾ ਕੇ ਮੈਡੀਕਲ ਕੇਅਰ ਦਿੱਤੀ ਗਈ। ਸੋ ਸੋ ਇਹ ਤਾਜ਼ਾ ਤਸਵੀਰਾਂ ਨੇ, ਹੁੱਕ ਲਗਾ ਦਿੱਤਾ ਗਿਆ ਅਤੇ ਜਿਹੜਾ ਲੋਹੇ ਦਾ ਸਿਲੰਡਰ ਹੈ ਉਹ ਅੰਦਰ ਪੈਣਾ। ਤਕਰੀਬਨ 10 ਫੁੱਟ ਲੰਬਾਈ ਹੈ ਇਸ ਲੋਹੇ ਦੇ ਸਿਲੰਡਰ ਦੀ, ਅਤੇ ਇਹ ਸਿੱਧਾ ਅੰਦਰ ਜਾਊਗਾ। ਜਿਹੜੀ ਅਲਾਈਨਮੈਂਟ ਖਰਾਬ ਹੋਈ ਅੰਦਰ ਪੜੋਲੀਆਂ ਦੀ, ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਹਰ ਇੱਕ ਨੇ ਆਪਣੀ ਨਿਗਾਹ ਬਣਾਈ ਹੋਈ ਹੈ, ਦੇਸ਼ ਵਿਦੇਸ਼ ਸਾਰੇ ਲੋਕ ਇੱਥੇ ਫਤਿਹਵੀਰ ਲਈ ਅਰਦਾਸਾਂ ਮੰਗ ਰਹੇ ਨੇ। ਇਹ ਜਦੋਂ ਸਿਲੰਡਰ ਦਾ ਪਾਈਪ ਅੰਦਰ ਜਾਏਗਾ, ਉਸ ਤੋਂ ਬਾਅਦ ਇੱਕ ਜਿਹੜੀ ਟਨਲ ਹੈ ਉਹ ਬਣਾਈ ਜਾਊਗੀ, ਤਾਂ ਜੋ ਜਿਹੜਾ ਫਤਿਹਵੀਰ ਦਾ ਜਿਹੜੇ ਬੋਰਵੈਲ ਦੇ ਵਿੱਚ ਫਸਿਆ ਹੋਇਆ, 7 ਇੰਚੀ ਪਾਈਪ ਦੇ ਵਿੱਚ ਫਸਿਆ ਹੋਇਆ, ਉੱਪਰੋਂ ਪਾਈਪ 9 ਇੰਚੀ ਦਾ ਸੀ, ਥੱਲੇ ਜਾ ਕੇ ਉਹ 7 ਇੰਚੀ ਦਾ ਹੋ ਗਿਆ। ਜਿੱਥੇ ਫਤਿਹਵੀਰ ਇਸ ਵੇਲੇ ਮੌਜੂਦ ਨੇ ਉੱਥੇ ਜਾਣ ਲਈ ਇੱਕ ਟਨਲ ਬਣਾਈ ਜਾਊਗੀ। ਅਲੱਗ ਅਲੱਗ ਤਰ੍ਹਾਂ ਦੇ ਔਜ਼ਾਰ ਬਣਾਏ ਗਏ ਨੇ, ਟ੍ਰਾਇਐਂਗਲ ਸ਼ੇਪ ਦੇ ਔਜ਼ਾਰ ਨੇ, ਸਿਲੰਡਰ ਸ਼ੇਪ ਦੇ ਔਜ਼ਾਰ ਨੇ, ਤਾਂ ਜੋ ਛੇਤੀ ਤੋਂ ਛੇਤੀ ਫਤਿਹਵੀਰ ਤੱਕ ਪਹੁੰਚ ਕੀਤੀ ਜਾ ਸਕੇ। 65 ਘੰਟੇ ਤੋਂ ਵੱਧ ਹੋ ਚੁੱਕਿਆ, ਕਿਹਾ ਜਾ ਰਿਹਾ ਕਿ ਬੱਚਾ ਸਹੀ ਸਲਾਮਤ ਹੈਗਾ। ਸਾਰਿਆਂ ਨੂੰ ਉਮੀਦ ਵੀ ਹੈ ਅਤੇ ਡਾਕਟਰਾਂ ਦਾ ਵੀ ਇਹੀ ਕਹਿਣਾ ਹੈ ਕਿ ਬੱਚਾ ਸਹੀ ਸਲਾਮਤ ਹੈ, ਕਿਉਂਕਿ ਬੱਚੇ ਦਾ ਮਨ, ਜੇ ਆਪਾਂ ਥੋੜ੍ਹਾ ਜਿਹਾ ਸਾਇੰਸ ਤੋਂ ਹਟ ਕੇ ਵੀ ਗੱਲ ਕਰੀਏ, ਬੱਚੇ ਦੇ ਮਨ 'ਚ ਚੇਤ ਨਹੀਂ, ਬੱਚੇ ਦਾ ਮਨ ਹੀ ਨਹੀਂ ਹੈਗਾ। ਜੇ ਮੈਂ ਗੱਲ ਕਰਾਂ, ਬੱਚਾ ਚੇਤ ਮਨ ਨਾਲ ਨਹੀਂ ਸੋਚਦਾ, ਕਿਉਂਕਿ ਛੋਟਾ ਆ, ਬਸ ਉਹ ਅਨਕੋਨਸ਼ੀਅਸ ਜ਼ਰੂਰ ਪਿਆ, ਪਰ ਹਜੇ ਤੱਕ ਰਾਹਤ ਦਾ ਕਾਰਜ ਹੈ ਉਹ ਮੁਕੰਮਲ ਨਹੀਂ ਹੋ ਸਕਿਆ। ਦੇਖ ਸਕਦੇ ਹੋ ਸਿਲੰਡਰ ਚੱਕਿਆ ਜਾ ਰਿਹਾ, ਅਤੇ ਸਿਲੰਡਰ ਤੁਸੀਂ ਦੇਖ ਸਕਦੇ ਹੋ ਮੈਨੂਅਲੀ ਕੰਮ, ਸਾਰਾ ਮੈਨੂਅਲੀ ਕੰਮ ਹੋ ਰਿਹਾ। ਕੋਈ ਮਸ਼ੀਨ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਜਿਹੜੀ ਇਹ ਕੰਮ ਨੂੰ ਤੇਜ਼ੀ ਨਾਲ ਕਰ ਸਕੇ। ਮੈਂ ਜਿਹੜੀ ਗੱਲ ਕਰ ਰਹੀ ਹਾਂ, 2006 ਦੇ ਵਿੱਚ ਜਦੋਂ ਸਭ ਤੋਂ ਵੱਡਾ ਇੰਸੀਡੈਂਟ ਸਾਹਮਣੇ ਆਇਆ ਸੀ, ਜਦੋਂ ਦੇਸ਼ ਪੂਰਾ ਚੁਕੰਨਾ ਹੋ ਗਿਆ ਸੀਗਾ ਕਿ ਇਸ ਤਰ੍ਹਾਂ ਦੇ ਘਟਨਾਵਾਂ ਵੀ ਵਾਪਰ ਸਕਦੀਆਂ ਨੇ, 13 ਸਾਲ ਹੋ ਗਏ ਨੇ ਉਸ ਘਟਨਾ ਨੂੰ, ਪਰ ਉਸ ਵੇਲੇ ਵੀ ਇਸੇ ਟੈਕਨੀਕ ਨਾਲ ਪ੍ਰਿੰਸ ਨੂੰ ਬਾਹਰ ਕੱਢਿਆ ਗਿਆ ਸੀ। ਅੱਜ ਫਤਿਹ ਨੂੰ ਵੀ ਇਸੇ ਟੈਕਨੀਕ ਨਾਲ ਬਾਹਰ ਕੱਢਿਆ ਜਾ ਰਿਹਾ। ਹੁਣ ਅਸੀਂ ਦਾਅਵੇ ਕਰਦੇ ਹਾਂ ਕਿ ਅਸੀਂ ਬਹੁਤ ਵਿਕਾਸ ਕਰ ਲਿਆ, ਅਸੀਂ ਗਲੋਬਲਾਈਜ਼ ਹੋ ਰਹੇ ਹਾਂ, ਤਕਨੀਕਾਂ ਨਵੀਆਂ ਨਵੀਆਂ ਅਪਣਾ ਰਹੇ ਹਾਂ। ਸਕਿੱਲ ਇੰਡੀਆ, ਸਕਿੱਲ ਇੰਡੀਆ ਦੇਖੋ, ਇਹ ਹੈਗਾ ਅਸਲੀ ਸਕਿੱਲ ਇੰਡੀਆ, ਜਿਹੜਾ ਆਪਣੇ ਜਜ਼ਬੇ ਨਾਲ, ਆਪਣੇ ਜਨੂੰਨ ਨਾਲ ਇੱਥੇ ਕੰਮ ਕਰ ਰਿਹਾ। ਸੋ ਪੂਰਾ ਜਿਹੜਾ ਕਿ ਧਿਆਨ ਨਾਲ ਉਸ ਜਿਹੜਾ ਸਿਲੰਡਰ ਹੈ ਉਹਨੂੰ ਅੰਦਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। SDM ਤਹਿਸੀਲਦਾਰ ਇੱਥੇ ਜ਼ਰੂਰ ਨੇ, ਉੱਚ ਅਧਿਕਾਰੀ ਨਹੀਂ ਹੈਗੇ, ਕੋਈ ਵੱਡਾ ਲੀਡਰ ਵੀ ਇੱਥੇ ਆ ਕੇ ਨਹੀਂ ਬੈਠਿਆ, ਆਏ ਨੇ ਪਰ ਇੱਕ ਅੱਧਾ ਘੰਟਾ ਲਾ ਕੇ ਇੱਥੋਂ ਚਲੇ ਗਏ ਨੇ। ਪਰਿਵਾਰ ਅਰਦਾਸਾਂ ਕਰ ਰਿਹਾ, ਲਗਾਤਾਰ ਬੇਨਤੀਆਂ ਕਰ ਰਹੇ, ਕਿਉਂਕਿ ਹਰ ਅੱਜ ਬੰਦੇ 'ਚੋਂ ਦੁਆ ਨਿਕਲ ਰਹੀ ਹੈ ਫਤਿਹਵੀਰ ਲਈ ਕਿ 2 ਸਾਲ ਦਾ ਜਿਹੜਾ ਮਾਸੂਮ ਬੱਚਾ ਹੈ, ਅਤੇ ਸਭ ਤੋਂ ਵੱਡੀ ਗੱਲ ਹੈ ਕਿ ਕੱਲ੍ਹ ਫਤਿਹਵੀਰ ਦਾ ਜਨਮ ਦਿਨ ਹੈ, ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਫਤਿਹਵੀਰ ਆਪਣੇ ਜਨਮ ਦਿਨ 'ਤੇ ਇੱਕ ਨਵਾਂ ਜਨਮ ਲਊਗਾ। ਫਤਿਹਵੀਰ ਨੂੰ ਅੱਜ ਇੱਕ ਨਵਾਂ ਜਨਮ ਦਿੱਤਾ ਜਾਊਗਾ ਇਹਨਾਂ ਸਾਰੇ ਲੋਕਾਂ ਵੱਲੋਂ, ਰੱਬ ਵੱਲੋਂ। ਕਿ ਕੱਲ੍ਹ 10 ਜੂਨ ਹੈ 2017, 10 ਜੂਨ 2017 ਨੂੰ ਫਤਿਹਵੀਰ ਦਾ ਜਨਮ ਹੋਇਆ ਸੀ, ਅਤੇ ਆਉਂਦੀ ਹੁਣ ਜਿਹੜੀ 10 ਜੂਨ ਹੈ, ਯਾਨੀ ਕਿ ਕੱਲ੍ਹ ਫਤਿਹਵੀਰ ਨੇ 2 ਸਾਲ ਦਾ ਹੋਣਾ, ਅਤੇ ਸਾਰੇ ਉਹਦੀ ਜਿੱਤ ਦੀ, ਉਹਦੀ ਫਤਿਹ ਦੀ ਇੱਥੇ ਆਸ ਲਾਈ ਬੈਠੇ ਨੇ, ਤਾਂ ਜੋ ਫਤਿਹਵੀਰ ਆਪਣਾ ਇੱਕ ਪੁਨਰ ਜਨਮ ਲਵੇ। ਇੱਥੇ ਮੈਂ ਦੱਸ ਦੇਵਾਂ, ਕੋਈ ਕਿਸੇ ਤਰ੍ਹਾਂ ਦਾ ਕੋਈ ਸਿਵਿਲ ਇੰਜੀਨੀਅਰ ਨਹੀਂ ਹੈਗਾ, ਸਾਰੇ ਲੋਕਲਾਈਟਸ ਨੇ, ਸਾਰੇ ਸ਼ਾਹ ਸਤਨਾਮ ਵੈਲਫੇਅਰ ਸੁਸਾਇਟੀ ਦੇ ਨੇ, ਜਿਨ੍ਹਾਂ ਨੂੰ ਕੰਮ ਆਉਂਦਾ, ਥੋੜ੍ਹਾ ਜਿਹਾ ਸਕਿੱਲਡ ਨੇ, ਥੋੜ੍ਹੇ ਜਿਹੇ ਸਿਰਫ ਵਲੰਟੀਅਰਸ ਨੇ ਜਿਹੜੇ ਸਾਰਾ ਕੰਮ ਕਰ ਰਹੇ ਨੇ। ਕਿਸੇ ਤਰ੍ਹਾਂ ਦਾ ਇੱਥੇ ਕੋਈ ਟੈਕਨੀਕਲ ਐਕਸਪਰਟਸ ਇੰਨੇ ਜ਼ਿਆਦਾ ਨਹੀਂ ਹੈਗੇ, ਜੋ ਕਿ ਪ੍ਰਸ਼ਾਸਨ ਦੀ ਇੱਕ ਸਭ ਤੋਂ ਵੱਡੀ ਨਲਾਇਕੀ ਸਾਹਮਣੇ ਆਈ ਹੈ, ਨਿਕਲ ਕੇ ਬਾਹਰ ਆਈ ਹੈ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਢਿੱਲ ਵਰਤੀ ਜਾ ਰਹੀ ਹੈ। ਇਹ ਬੱਚਾ ਬਹੁਤ ਛੇਤੀ ਨਿਕਲ ਸਕਦਾ ਸੀ, ਪਰ ਅਲੱਗ ਅਲੱਗ ਰਾਏ ਸਲਾਹਾਂ ਹੋਣ ਕਰਕੇ, ਅਲੱਗ ਅਲੱਗ ਟੈਕਨੀਕਸ ਵਰਤਣ ਕਰਕੇ ਇਹ ਬੱਚੇ ਦੇ ਬਾਹਰ ਨਿਕਲਣ ਦੇ ਵਿੱਚ ਦੇਰੀ ਹੋਈ ਹੈ। ਪਰ ਮੈਂ ਕਹੂੰਗੀ ਉਹ ਸਾਹਮਣੇ ਟ੍ਰਾਇੰਗਲਸ ਪਏ ਨੇ, ਉਹ ਟ੍ਰਾਇੰਗਲ ਜਿਹੜੇ ਪਏ ਨੇ ਉੱਥੇ, ਉਹ ਟ੍ਰਾਇੰਗਲਸ ਦੀ ਮਦਦ ਨਾਲ ਅੰਦਰ ਜਿਹੜਾ ਟਨਲ ਬਣਾਇਆ ਜਾਊਗਾ, ਉਸ ਤੋਂ ਬਾਅਦ ਕਿਸੇ ਤਰੀਕੇ ਨਾਲ ਉਹਨਾਂ ਦੀ ਮਦਦ ਨਾਲ ਅੰਦਰ ਜਾ ਕੇ ਫਤਿਹਵੀਰ ਤੱਕ ਪਹੁੰਚਿਆ ਜਾਊਗਾ ਅਤੇ ਉਹਨੂੰ ਰੈਸਕਿਊ ਕੀਤਾ ਜਾਊਗਾ। DMC ਤੋਂ ਸਪੈਸ਼ਲੀ ਮੈਡੀਕਲ ਕੇਅਰ ਦੀਆਂ ਟੀਮਾਂ ਇੱਥੇ ਆਈਆਂ ਹੋਈਆਂ ਨੇ, ਅਤੇ ਉਹਨਾਂ ਦੀ ਮਦਦ ਨਾਲ ਫਤਿਹਵੀਰ ਨੂੰ ਮੈਡੀਕਲ ਕੇਅਰ ਵੀ ਦਿੱਤੀ ਜਾਊਗੀ।
ਸੋ ਰਾਹਤ ਦਾ ਕੰਮ ਜਾਰੀ ਹੈ ਤੇ ਪਲ ਪਲ ਦੀ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਫਤਿਹਵੀਰ ਦੀ ਫਤਿਹ ਲਈ ਅਸੀਂ ਵੀ ਅਰਦਾਸ ਕਰਦੇ ਹਾਂ। ਕੈਮਰਾਮੈਨ ਅਜੇ ਦੇ ਨਾਲ ਸਪੰਦੀਆ, ਦੈਨਿਕ ਸਵੇਰਾ ਟੀਵੀ, ਸੁਨਾਮ।